ਨਮਸਤੇ, ਸਤਿ ਸ਼੍ਰੀ ਅਕਾਲ। ਮਾਈ ਪੰਜਾਬੀ ਟੀ ਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਲੋਕਤੰਤਰ ਦਾ ਮਹਾਂਪਰਵ ਯਾਨੀ ਵੋਟਿੰਗ ਦਾ ਦਿਨ, ਦਰਅਸਲ ਲੋਕਾਂ ਦੇ ਲਈ, ਲੋਕਾਂ ਦੇ ਵੱਲੋਂ ਲੋਕਤੰਤਰ ਦੇ ਤਹਿਤ ਚੁਣੀ ਗਈ ਸਰਕਾਰ ਜਿਹੜੀ ਉਹਨਾਂ ਦੇ ਕੰਮ ਕਰੇ। ਲਿਹਾਜ਼ਾ 7ਵੇਂ ਗੇੜ ਦੀ ਅਗਰ ਚੋਣ ਦੀ ਗੱਲ ਕੀਤੀ ਜਾਵੇ ਤਾਂ 7ਵੇਂ ਗੇੜ ਦੇ ਆਖਰੀ ਚਰਨ ਜਿਸ ਨੂੰ ਆਖਿਆ ਜਾ ਰਿਹਾ, ਉਸ ਦੇ ਤਹਿਤ 8 ਸੂਬਿਆਂ ਦੇ ਅੰਦਰ 57 ਸੀਟਾਂ ਦੇ ਲਈ ਵੋਟਿੰਗ ਅੱਜ ਹੋਣ ਜਾ ਰਹੀ ਹੈ। ਲੇਕਿਨ ਅਗਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਵੀ 13 ਸੀਟਾਂ ਦੇ ਲਈ ਜਿਹੜਾ ਹੈਗਾ ਉਹ ਵੋਟਿੰਗ ਕੀਤੀ ਜਾਵੇਗੀ। ਲੇਕਿਨ ਵੋਟਿੰਗ ਨੂੰ ਲੈ ਕੇ ਜਿਹੜਾ ਇਲੈਕਸ਼ਨ ਕਮਿਸ਼ਨ ਅਤੇ ਸਥਾਨਕ ਪ੍ਰਸ਼ਾਸਨਕ ਅਮਲਾ ਹੈਗਾ, ਉਸ ਨੇ ਪੂਰਾ ਇੰਤਜ਼ਾਮ ਕੀਤਾ ਕਿ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਸਕੇ। ਵੋਟਰਾਂ ਦੇ ਲਈ ਵੋਟਰ ਕੇਂਦਰ ਨੂੰ ਖਿੱਚ ਦਾ ਕੇਂਦਰ ਬਣਾਉਂਦੇ ਹੋਏ ਉਹਨਾਂ ਨੂੰ ਬੂਥ ਤੱਕ ਲਿਆਂਦਾ ਜਾਵੇ ਤਾਂ ਜੋ ਆਪਣੇ ਕੀਮਤੀ ਹੱਕ ਦਾ ਇਸਤੇਮਾਲ ਕਰਦੇ ਹੋਏ ਉਹ ਆਪਣਾ ਵੋਟ ਪਾ ਸਕਣ ਅਤੇ ਆਪਣੀ ਮਨਪਸੰਦੀਦਾ ਸਰਕਾਰ ਚੁਣ ਸਕਣ। ਬਹਰਹਾਲ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ 'ਤੇ ਰੋਚਕ ਮੁਕਾਬਲਾ ਵੇਖਣ ਨੂੰ ਮਿਲੇਗਾ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਤਹਿਤ ਪੈਂਦਾ ਇਲਾਕਾ ਮੋਹਾਲੀ, ਜਿਸ ਦਾ ਸੈਕਟਰ 79 ਜਿੱਥੇ ਬਣਿਆ ਹੋਇਆ ਵੋਟਿੰਗ ਬੂਥ ਸੈਂਟਰ ਜਿਹੜਾ ਹੈਗਾ ਉਹ ਸਾਰੇ ਹੀ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣ ਗਿਆ। ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਉਪਰਾਲੇ ਅਤੇ ਸਥਾਨਕ ਪ੍ਰਸ਼ਾਸਨਕ ਅਧਿਕਾਰੀਆਂ ਦੀ ਮਿਹਨਤ ਸਦਕਾ ਇਸ ਵੋਟਿੰਗ ਬੂਥ ਨੂੰ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਏਅਰਪੋਰਟ ਦਾ ਰੂਪ ਦਿੱਤਾ ਗਿਆ। ਜਦੋਂ ਤੁਸੀਂ ਇੱਥੇ ਵੋਟ ਕਰਨ ਪਹੁੰਚੋਗੇ ਤਾਂ ਤੁਹਾਨੂੰ ਇੱਕ ਪਲ ਲਈ ਅਜਿਹਾ ਜਾਪੇਗਾ ਕਿ ਤੁਸੀਂ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਜਿਹੜਾ ਹੈਗਾ ਉਹ ਘੁੰਮ ਰਹੇ ਹੋ। ਲਿਹਾਜ਼ਾ ਕਿਸ ਤਰੀਕੇ ਦੇ ਇੰਤਜ਼ਾਮ ਜਿਹੜਾ ਹੈਗਾ ਅਤੇ ਕਿਸ ਤਰੀਕੇ ਦਾ ਇਹ ਵੇਖਣ ਨੂੰ ਲੱਗਦਾ, ਇਹੀ ਦਿਖਾਉਣ ਲਈ ਮਾਈ ਪੰਜਾਬੀ ਟੀਵੀ ਦੇ ਨਾਲ ਜੁੜੇ ਰਹੋ ਅਤੇ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਇਹ ਸਪੈਸ਼ਲ ਬੂਥ ਜਿਸ ਨੂੰ ਏਅਰਪੋਰਟ ਦਾ ਥੀਮ ਦਿੱਤਾ ਗਿਆ। ਜੀ, ਬਹਰਹਾਲ ਚੋਣ ਮਹਾਂਪਰਵ ਦੇ ਤਹਿਤ ਇੰਟਰਨੈਸ਼ਨਲ ਜਿਹੜੀ ਚੋਣ ਦੀ ਉਡਾਣ ਹੈ ਉਹਦੀ ਤਿਆਰੀ ਜਿਹੜੀ ਹੈ ਉਹ ਇੱਥੋਂ ਦੀ ਸ਼ੁਰੂ ਹੋਏਗੀ। ਤੁਸੀਂ ਇੱਥੋਂ ਦੀ ਜਿਹੜਾ ਹੈਗਾ ਇਸ ਜਹਾਜ਼ ਰੂਪੀ ਮਾਡਲ ਨੂੰ ਵੇਖ ਕੇ ਅੰਦਾਜ਼ਾ ਲਗਾ ਲਵੋਗੇ ਕਿ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਵਰਗਾ ਮਾਡਲ ਜਿਹੜਾ ਹੈਗਾ ਇੱਥੇ ਤਿਆਰ ਕੀਤਾ ਗਿਆ ਅਤੇ ਨਾਲ ਹੀ ਇਸ ਜਿਹੜਾ ਜਹਾਜ਼ ਖੜਿਆ ਇਸ ਨੂੰ ਇੱਕ ਸੈਲਫੀ ਪੁਆਇੰਟ ਦੇ ਤੌਰ 'ਤੇ ਵੀ ਇਸ ਦਾ ਇਸਤੇਮਾਲ ਕੀਤਾ ਜਾਏਗਾ। ਇਹ ਸਾਰਾ ਉਪਰਾਲਾ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਉਸ ਦੇ ਨਾਲ ਨਾਲ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਅਫਸਰ ਨੇ, ਜਿਹੜੇ DC ਸਾਹਿਬਾਨ ਨੇ, ਉਹਨਾਂ ਤੋਂ ਇਲਾਵਾ ਹੋਰ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਹਰ ਇੰਤਜ਼ਾਮ ਜਿਹੜਾ ਹੈਗਾ ਪੁਖਤਾ ਕਰਦੇ ਹੋਏ ਇਸ ਯੋਜਨਾ ਨੂੰ, ਇਸ ਉਪਰਾਲੇ ਨੂੰ ਹਕੀਕਤ ਵਿੱਚ ਬਦਲਿਆ ਗਿਆ ਅਤੇ ਇੱਥੇ ਜਿਹੜਾ ਹੈਗਾ ਇਹ ਏਅਰਪੋਰਟ ਮਾਡਲ ਨੂੰ ਦਰਸਾਉਂਦਾ ਹੋਇਆ ਇੱਕ ਵੋਟਿੰਗ ਬੂਥ ਸੈਂਟਰ ਇਜਾਦ ਕੀਤਾ ਗਿਆ ਜੋ ਸਭ ਦੇ ਲਈ ਖਿੱਚ ਦਾ ਕੇਂਦਰ ਬਣ ਚੁੱਕਿਆ। ਜੀ, ਬਹਰਹਾਲ ਅਗਰ ਗੱਲ ਕੀਤੀ ਜਾਵੇ ਸੈਕਟਰ 79 ਦੇ MIT ਇੰਟਰਨੈਸ਼ਨਲ ਸਕੂਲ ਵਿਖੇ ਬਣੇ ਹੋਏ ਇਸ ਏਅਰਪੋਰਟ ਵੋਟਿੰਗ ਸੈਂਟਰ ਮਾਡਲ ਦੀ ਤਾਂ ਉਸ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੇ ਲਈ ਅਸੀਂ ਵੱਧਦੇ ਹਾਂ ਸ਼ਿਫਾਲੀ ਮਹਿਤਾ ਜੀ ਕੋਲ, ਜਿਹੜੇ ਕਿ ਇਸ ਥੀਮ ਦੀ ਦੇਖ ਰੇਖ ਕਰਦੇ ਹੋਏ ਇਸ ਨੂੰ ਜਿਹੜਾ ਹੈਗਾ ਸਿਰੇ ਚੜ੍ਹਨ ਵਿੱਚ ਜੁਟੇ ਹੋਏ ਹਨ। ਜੀ ਸ਼ਿਫਾਲੀ ਜੀ, ਆਖਿਰਕਾਰ ਕਿਸ ਤਰੀਕੇ ਨਾਲ ਇੱਥੇ ਵੋਟ ਕਾਸਟ ਨਹੀਂ, ਵੋਟ ਬੋਰਡ ਹੋਏਗੀ, ਮਤਲਬ ਬੋਰਡਿੰਗ ਕਰਦੇ ਹੋਏ ਬੰਦਾ ਜਿਹੜਾ ਹੈਗਾ ਉਹ ਵੋਟ ਕਰੇਗਾ, ਤਾਂ ਕਿਸ ਤਰੀਕੇ ਨਾਲ ਇਸ ਨੂੰ ਪ੍ਰਿਪੇਅਰ ਕੀਤਾ ਗਿਆ ਅਤੇ ਕਿਸ ਤਰੀਕੇ ਨਾਲ ਜਿਹੜਾ ਹੈਗਾ ਵੋਟਰ ਨੂੰ ਕਾਫੀ ਕੁਛ ਵੇਖਣ ਨੂੰ ਮਿਲੇਗਾ? ਜੀ, ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਏਅਰਪੋਰਟ ਦੀ ਲੁੱਕ ਦਿੱਤੀ ਗਈ ਹੈ, ਬਿਲਕੁਲ ਇੰਟਰਨੈਸ਼ਨਲ ਏਅਰਪੋਰਟ ਦਾ ਆਪਾਂ ਥੀਮ ਲਿਆ, ਉਸਦੇ ਵਿੱਚ ਇਹ ਸੈਲਫੀ ਪੁਆਇੰਟ ਆਪਾਂ ਏਅਰਪੋਰਟ ਨੂੰ ਐਡ ਕੀਤਾ ਔਰ ਇਹਦੇ ਵਿੱਚ ਪ੍ਰੋਪਰ ਏਅਰ ਹੋਸਟਸ ਨੇ
ਚਾਰ ਏਅਰ ਹੋਸਟਸ ਤੁਹਾਡੇ ਵੈਲਕਮ ਲਈ ਰੱਖੀਆਂ ਗਈਆਂ, ਉਹ ਤੁਹਾਨੂੰ ਵੈਲਕਮ ਕਰਨਗੇ, ਇੱਥੇ ਬੋਰਡਿੰਗ ਕਾਰਡ ਮਿਲਣਗੇ, ਉਸ ਤੋਂ ਬਾਅਦ ਜਦੋਂ ਅੰਦਰ ਜਾਣਗੇ ਅੰਦਰ ਬਕਾਇਦਾ ਇੱਕ ਰਿਸੈਪਸ਼ਨ ਖੜ੍ਹੀ ਹੋਏਗੀ, ਮਤਲਬ ਹਰ ਜਗ੍ਹਾ ਦੇ ਵਿੱਚ ਗਾਈਡ ਕਰਨ ਲਈ ਹਰ ਮੈਂਬਰ ਖੜ੍ਹਾ ਹੈ ਇੱਥੇ ਆਪਣੇ ਵੋਟਰ ਦਾ, ਔਰ ਉਹਨੂੰ ਗਾਈਡ ਕਰਦੇ ਰਹਿਣਗੇ। ਔਰ ਸਭ ਤੋਂ ਜ਼ਿਆਦਾ ਫਾਇਦਾ ਇਹਦੇ ਵਿੱਚ ਲੇਡੀਜ਼ ਦਾ ਹੈ, ਕਿਉਂਕਿ ਲੇਡੀਜ਼ ਨੂੰ ਇਸ ਵਾਰ ਆਪਾਂ ਜ਼ਿਆਦਾ ਪ੍ਰੈਫਰ ਕੀਤਾ, ਦਿੱਤੀ ਹੈ ਸਹੂਲਤਾਂ ਦਿੱਤੀਆਂ, ਬਿਕੋਜ਼ ਕਿਉਂਕਿ ਉਹ ਕਿਸੇ ਨਾ ਕਿਸੇ ਤਰੀਕੇ ਉਹ ਘਰ ਵਿੱਚ ਰਹਿੰਦੀਆਂ ਸੀਗੀਆਂ, ਕਿਉਂਕਿ ਉਹਨਾਂ ਦਾ ਆਉਣ ਦਾ ਕੋਈ ਸਾਧਨ ਨਹੀਂ ਸੀਗਾ। ਇਸ ਵਾਰੀ ਉਹਨਾਂ ਨੂੰ ਵਹੀਕਲ ਪ੍ਰੋਵਾਈਡ ਕੀਤੀਆਂ ਕਿ ਅਗਰ ਕੋਈ ਲੇਡੀਜ਼ ਨਹੀਂ ਆ ਸਕਦੀ ਤਾਂ ਉਹਨਾਂ ਨੂੰ ਘਰ ਤੋਂ ਆਪਾਂ ਲਿਆ ਕੇ ਵੋਟ ਪਵਾ ਸਕੀਏ। ਔਰ ਜਿਹੜੀ ਲੇਡੀਜ਼ ਇੱਥੇ ਆ ਰਹੇ ਆ ਉਹਨਾਂ ਦੇ ਬੱਚਿਆਂ ਨੂੰ ਆਪਾਂ ਕ੍ਰਚ ਦਾ ਵੀ ਪ੍ਰਬੰਧ ਕੀਤਾ, ਪ੍ਰੋਪਰ ਕ੍ਰਚ ਦੇ ਵਿੱਚ ਬੱਚੇ ਰੱਖੇ ਜਾਣਗੇ, ਫਿਰ ਉਹ ਆਪਣਾ ਆਰਾਮ ਨਾਲ ਵੋਟ ਪਾ ਕੇ ਆਪਣੇ ਬੱਚੇ ਨੂੰ ਲੈ ਕੇ ਜਾ ਸਕਦੇ ਆ। ਸਟਾਰਟਿੰਗ ਦੇ ਵਿੱਚ ਇੱਕ ਛਬੀਲ ਲਗਾਈ ਗਈ ਹੈ, ਜਦੋਂ ਵੀ ਕੋਈ ਗਰਮੀ ਦੇ ਵਿੱਚ ਆਉਂਦਾ ਹੈ, ਕਿਉਂਕਿ ਤੁਹਾਨੂੰ ਤੁਸੀਂ ਜਾਣਦੇ ਹੋ ਬਹੁਤ ਗਰਮੀ ਹੈ, ਅਤੇ ਉਸ ਗਰਮੀ ਨੂੰ ਰੋਕਣ ਦੇ ਜਾਂ ਉਸ ਗਰਮੀ ਨੂੰ ਬਚਣ ਲਈ ਵੀ ਆਪਾਂ ਬਹੁਤ ਸਾਰੇ ਪ੍ਰਬੰਧ ਕੀਤੇ ਆ। ਸਟਾਰਟਿੰਗ ਵਿੱਚ ਇੱਕ ਛਬੀਲ ਹੈ, ਛਬੀਲ ਜਦੋਂ ਪੀਓਗੇ ਫਿਰ ਆਰਾਮ ਨਾਲ ਅੰਦਰ ਵੋਟਰ ਆਉਂਦਾ, ਉਹ ਸਿਟਿੰਗ ਪਲੈਨ ਪ੍ਰੋਪਰ ਬਣਾਏ ਹੈ, ਉੱਥੇ ਬੈਠਣਗੇ ਆਰਾਮ ਨਾਲ। ਉਸ ਤੋਂ ਬਾਅਦ ਅੰਦਰ ਜਾ ਕੇ ਵੋਟ ਜਦੋਂ ਖਤਮ ਹੁੰਦੀ ਹੈ, ਖਤਮ ਹੋਣ ਤੋਂ ਬਾਅਦ ਆਈਸਕ੍ਰੀਮ ਸਟਾਲ ਹੈ, ਉਹਦੇ ਅੰਦਰ ਹੀ ਲੇਡੀਜ਼ ਦੇ ਲਈ ਮਹਿੰਦੀ ਸਟਾਲ ਵੀ ਲਗਾਇਆ ਔਰ ਨੇਲ ਆਰਟ ਦੇ ਸਟਾਲ ਲੱਗੇ ਹੈ, ਬਾਹਰ ਜਾ ਕੇ ਆਈਸਕ੍ਰੀਮ ਸਟਾਲ ਹੈ। ਔਰ ਜਦੋਂ ਖਤਮ ਹੋ ਜਾਣੀ ਹੈ ਸਾਰੀ ਬੋਰਡਿੰਗ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਫਿਲਮ ਦੀ ਟਿਕਟ ਵੀ ਹੈ, ਬੋਰਡ ਖਤਮ ਹੋਣ ਤੋਂ ਬਾਅਦ ਉਹ ਫਿਲਮ ਦੇਖਣ ਜਾ ਸਕਦੇ ਹੈ। ਔਰ ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਬਹੁਤ ਅੱਛੀਆਂ, ਆਪਾਂ ਇੱਕ ਮੈਰਿਜ ਦੀ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹਾਂ ਆਪਣੇ ਇਸ ਤਿਉਹਾਰ ਨੂੰ, ਕਿਉਂਕਿ ਵੋਟਰ ਦਾ ਵੀ ਮੈਨੂੰ ਲੱਗਦਾ ਇੱਕ ਤਿਉਹਾਰ ਹੀ ਹੈ ਸਾਡਾ, ਇਹ ਬਹੁਤ ਅਧਿਕਾਰ ਹੈ, ਮਤਲਬ ਆਪਾਂ ਕਿਸੇ ਨੂੰ ਇਸ ਮਤਲਬ ਚੀਜ਼ ਲਈ ਆਪਾਂ ਤਿਆਰ ਕਰ ਰਹੇ ਹਾਂ, ਆਪਣੇ ਆਪ ਦੇ ਫਿਊਚਰ ਨੂੰ ਆਪਣੇ ਬ੍ਰਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਉਸ ਚੀਜ਼ ਨੂੰ ਮੈਨੂੰ ਲੱਗਦਾ ਕਿ ਸਾਨੂੰ ਕਦੇ ਵੀ ਆਪਣਾ ਵੋਟ ਮਿਸ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਡੇ ਲਈ ਇਹ ਬਹੁਤ ਬੜਾ ਇੱਕ ਸੋਚਣ ਸਮਝਣ ਵਾਲੀ ਸ਼ਕਤੀ ਦਿੱਤੀ ਗਈ ਹੈ ਜਿਸ ਨੂੰ ਆਪਾਂ ਪੂਰਾ ਕਰ ਸਕਦੇ ਹਾਂ। ਥੈਂਕ ਯੂ ਸ਼ਿਫਾਲੀ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅਤੇ ਸਾਨੂੰ ਇਹ ਸਾਰੀ ਜਾਣਕਾਰੀ ਦੇਣ ਦੇ ਲਈ। ਬਹਰਹਾਲ ਦੋਸਤੋ, ਅਗਰ ਸ਼ਿਫਾਲੀ ਮਹਿਤਾ ਜੀ ਦੀ ਗੱਲਾਂ 'ਤੇ ਗੌਰ ਕੀਤਾ ਜਾਵੇ ਤਾਂ ਉਹਨਾਂ ਦਾ ਸਿੱਧੇ ਤੌਰ 'ਤੇ ਇਹੀ ਆਖਣਾ ਸੀ ਕਿ ਚੋਣ ਦੇ ਇਸ ਪਰਵ ਨੂੰ ਇੱਕ ਮਹਾਂਪਰਵ ਦੇ ਰੂਪ ਵਿੱਚ ਤਬਦੀਲ ਕਰਦੇ ਹੋਏ ਇਹ ਸਾਰਾ ਉਪਰਾਲਾ ਜਿਹੜਾ ਹੈਗਾ ਉਹਨਾਂ ਵੱਲੋਂ ਕੀਤਾ ਜਾ ਰਿਹਾ। ਇਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਉਸ ਦੇ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੀ ਜਿਹੜਾ ਹੈਗਾ ਉਹ ਆਪਣਾ ਪੂਰਾ ਸਹਿਯੋਗ ਦਿੰਦੇ ਹੋਏ ਇਸ ਕੰਮ ਨੂੰ ਨੇਪਰੇ ਚਾੜ ਰਿਹਾ ਅਤੇ ਉਸ ਦਾ ਸਬੂਤ ਇਹੀ ਹੈ ਕਿ ਇਹ ਇੰਟਰਨੈਸ਼ਨਲ ਏਅਰਪੋਰਟ ਦੇ ਰੂਪ ਵਿੱਚ ਜਿਹੜਾ ਹੈਗਾ ਇਹ ਬੂਥ ਹਾਊਸ ਮਾਡਲ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਅਤੇ ਇਸ ਮਹਾਂਪਰਵ ਨੂੰ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਇੱਕ ਵਿਆਹ ਦੀ ਤਰ੍ਹਾਂ ਸੈਲੀਬ੍ਰੇਟ ਕੀਤਾ ਜਾ ਰਿਹਾ। ਇਸ ਲਈ ਤੁਹਾਨੂੰ ਜਿਹੜਾ ਹੈਗਾ ਉਹ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਤੁਹਾਡੇ ਵੋਟ ਦੀ ਤਾਕਤ ਦੇ ਰਾਹੀਂ ਤੁਸੀਂ ਆਪਣੀ ਮਨ ਪਸੰਦੀਦਾ ਜਿਹੜੀ ਸਰਕਾਰ ਹੈ ਉਸ ਨੂੰ ਚੁਣਨ ਦੀ ਕਵਾਇਤ ਕਰਦੇ ਹੋ। ਇਸ ਕਰਕੇ ਅੱਜ ਦਾ ਦਿਨ ਘਰ ਬੈਠਣ ਦਾ ਦਿਨ ਨਹੀਂ, ਭਾਵੇਂ ਬਾਹਰ ਗਰਮੀ ਹੈ ਲੇਕਿਨ ਜਦੋਂ ਤੁਸੀਂ ਇੱਥੇ ਪੁੱਜੋਗੇ ਠੰਡੇ ਪਾਣੀ ਦੀ ਛਬੀਲ ਨਾਲ ਵੀ ਤੁਹਾਡਾ ਵੈਲਕਮ ਕੀਤਾ ਜਾਵੇਗਾ। ਵੋਟ ਪਾਉਣ ਤੋਂ ਬਾਅਦ ਤੁਹਾਨੂੰ ਆਈਸਕ੍ਰੀਮ ਵੀ ਜਿਹੜੀ ਹੈ ਉਹ ਦਿੱਤੀ ਜਾਏਗੀ। ਇਸ ਦੇ ਨਾਲ ਨਾਲ ਫਿਲਮ ਦਾ ਲੁਤਫ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਜਿਹੜਾ ਟਿਕਟ ਦਿੱਤੇ ਜਾਣਗੇ ਇੱਥੇ ਮੁਫਤ, ਜਿਹੜਾ ਵੀ ਵੋਟਰ ਇੱਥੇ ਵੋਟ ਕਾਸਟ ਕਰਨ ਆਏਗਾ ਉਸਨੂੰ ਮੁਫਤ ਮੂਵੀ ਟਿਕਟ ਵੀ ਪ੍ਰਦਾਨ ਕੀਤੇ ਜਾਣਗੇ। ਸੋ ਅੱਜ ਦਾ ਦਿਨ ਬੇਹੱਦ ਬੜਾ ਖਾਸ ਹੈ, ਇਸ ਕਰਕੇ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰੋ ਅਤੇ ਵੱਧ ਤੋਂ ਵੱਧ ਵੋਟ ਜ਼ਰੂਰ ਕਰੋ। ਅਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜਿਹੜਾ ਟੀਚਾ ਇਸ ਵਾਰ ਰੱਖਿਆ ਕਿ 70% ਦੇ ਆਸ ਪਾਸ ਜਿਹੜੀ ਹੈ ਵੋਟਿੰਗ ਹੋਣੀ ਚਾਹੀਦੀ ਹੈ, ਉਸ ਨੂੰ ਵੀ ਆਪਾਂ ਆਪਣੀ ਵੋਟ ਦੇ ਰਾਹੀਂ ਆਪਣੀ ਸ਼ਮੂਲੀਅਤ ਦੇ ਰਾਹੀਂ ਸਾਕਾਰ ਕਰੀਏ, ਇਹੀ ਸਾਡਾ ਸੰਦੇਸ਼ ਹੈ ਯਾਨੀ ਮਾਈ ਪੰਜਾਬੀ ਟੀਵੀ ਦਾ। ਦੋਸਤੋ, ਇਹ ਹੈ ਸ਼ੇਰਾ ਜਿਹੜਾ 2019 ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਜਾਦ ਕੀਤਾ ਗਿਆ ਸੀ ਅਤੇ ਸ਼ੇਰਾ ਸਾਫ਼ ਤੌਰ 'ਤੇ ਥੰਬਸ ਅਪ ਕਰਦਾ ਹੋਇਆ ਇਹੀ ਸੰਦੇਸ਼ ਦੇ ਰਿਹਾ ਕਿ ਜਿਹੜਾ ਵੀ ਇੱਥੇ ਆ ਰਿਹਾ ਉਸ ਨੂੰ ਜਿਹੜਾ ਹੈਗਾ
ਉਹ ਖੁਸ਼ੀ ਭਰਿਆ ਪੈਗਾਮ ਦਿੰਦਾ ਹੋਇਆ ਉਸ ਦਾ ਸਵਾਗਤ ਕਰ ਰਿਹਾ ਸ਼ੇਰਾ ਇੰਟਰਨੈਸ਼ਨਲ ਪੋਲਿੰਗ ਬੂਥ ਦੇ ਉੱਤੇ। ਜਿਸ ਤਰ੍ਹਾਂ ਹੀ ਤੁਸੀਂ ਵੋਟਿੰਗ ਸੈਂਟਰ 'ਚ ਪਹੁੰਚ ਕੇ ਉਸ ਤੋਂ ਬਾਅਦ ਜਿੱਥੇ ਐਰੋਪਲੇਨ ਖੜਿਆ ਸੀ ਉਸ 'ਚ ਬੋਰਡ ਹੁੰਦੇ ਹੋ, ਉਸ ਤੋਂ ਬਾਅਦ ਤੁਸੀਂ ਇੱਥੇ ਜਦੋਂ ਪਹੁੰਚਦੇ ਹੋ ਤੁਹਾਡਾ ਜਿਹੜਾ ਸਵਾਗਤ ਹੈ ਉਹ ਪੂਰੇ ਤਰੀਕੇ ਨਾਲ ਰੈੱਡ ਕਾਰਪੈਟ ਦੇ ਰਾਹੀਂ ਕੀਤਾ ਜਾਂਦਾ। ਯਾਨੀ ਕਿ ਤੁਹਾਨੂੰ ਪੂਰੇ ਤਰੀਕੇ ਨਾਲ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਇਸ ਬੂਥ 'ਚ ਕੀਤੀ ਗਈ ਹੈ ਕਿ ਤੁਸੀਂ ਇੰਟਰਨੈਸ਼ਨਲ ਏਅਰਪੋਰਟ 'ਤੇ ਪੁੱਜੇ ਹੋਏ ਹੋ। ਲਿਹਾਜ਼ਾ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਵੋਟਰ ਜਿਹੜਾ ਉਹ ਵੋਟ ਕਾਸਟ ਕਰਨ ਦੇ ਲਈ ਸਾਹਮਣੇ ਬਣੇ ਹੋਏ ਕਾਊਂਟਰ 'ਤੇ ਪੁੱਜੇਗਾ, ਜਿੱਥੇ ਖੜੀ ਹੋਈ ਲੜਕੀ ਜਿਹੜੀ ਹੈ ਉਹ ਅਨਾਊਂਸਮੈਂਟ ਕਰਦੀ ਹੋਈ ਤੁਹਾਨੂੰ ਸੁਣੇਗੀ। ਉਹ ਵੀ ਏਅਰਪੋਰਟ ਦੇ ਉੱਤੇ ਜਿਸ ਤਰ੍ਹਾਂ ਦੀ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਫਲਾਈਟ ਮੈਂ ਆਪਕਾ ਸਵਾਗਤ ਹੈ, ਉਸ ਤਰੀਕੇ ਦੀ ਆਵਾਜ਼ ਜਿਹੜੀ ਹੈ ਤੁਹਾਨੂੰ ਉੱਥੇ ਸੁਣਨ ਨੂੰ ਮਿਲੇਗੀ, ਅਤੇ ਉਸ ਤੋਂ ਬਾਅਦ ਉਸਨੂੰ ਅੱਗੇ ਗਾਈਡ ਕੀਤਾ ਜਾਵੇਗਾ ਕਿ ਉਹ ਕਿੱਥੇ ਪੁੱਜ ਕੇ ਵੋਟ ਪਾਏਗਾ, ਕਿੱਥੇ ਤੁਸੀਂ ਵੋਟ ਪਾਉਣੀ ਹੈ ਅਤੇ ਹੋਰ ਕਿਸ ਤਰੀਕੇ ਦੇ ਇੰਤਜ਼ਾਮ ਇਸ ਖਾਸ ਤਰੀਕੇ ਦੇ ਬੂਥ 'ਤੇ ਕੀਤੇ ਗਏ ਨੇ, ਏਅਰਪੋਰਟ ਥੀਮ ਬੂਥ 'ਤੇ ਕੀਤੇ ਗਏ ਨੇ, ਉਹ ਵੀ ਅਸੀਂ ਤੁਹਾਨੂੰ ਵਿਖਾਉਂਦੇ ਹੋਏ ਚੱਲਾਂਗੇ ਜੀ। ਜਿਸ ਤਰ੍ਹਾਂ ਹੀ ਏਅਰਪੋਰਟ ਦੇ ਉੱਤੇ ਇਮੀਗ੍ਰੇਸ਼ਨ ਚੈੱਕਅਪ ਹੋਣ ਤੋਂ ਬਾਅਦ, ਇਮੀਗ੍ਰੇਸ਼ਨ ਦੀ ਸਾਰੀ ਫਾਰਮੈਲਿਟੀ ਪੂਰੀ ਹੋਣ ਤੋਂ ਬਾਅਦ ਤੁਸੀਂ ਬੋਰਡਿੰਗ ਪਾਸ ਦੇ ਲਈ ਕਾਊਂਟਰ 'ਤੇ ਪੁੱਜਦੇ ਹੋ, ਤਾਂ ਠੀਕ ਇਸੇ ਥੀਮ ਦੇ ਤਹਿਤ, ਏਅਰਪੋਰਟ ਥੀਮ ਦੇ ਤਹਿਤ ਇੱਥੇ ਵੋਟਿੰਗ ਪਾਸ ਕਾਊਂਟਰ ਜਿਹੜਾ ਹੈਗਾ ਬਣਾਇਆ ਗਿਆ। ਜਿਹੜਾ ਵੀ ਵੋਟਰ ਆਏਗਾ ਉਹ ਸਭ ਤੋਂ ਪਹਿਲਾਂ ਇੱਥੇ ਪੁੱਜਣ ਤੋਂ ਬਾਅਦ ਇਸ ਕਾਊਂਟਰ 'ਤੇ ਆਪਣਾ ਵੋਟਰ ਆਈ ਕਾਰਡ ਅਤੇ ਦੂਸਰੀ ਚੀਜ਼ਾਂ ਵਿਖਾਉਂਦੇ ਹੋਏ ਜਿਹੜਾ ਹੈਗਾ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਸਮਝੇਗਾ ਅਤੇ ਨਾਲ ਹੀ ਆਪਣੀ ਵਾਰੀ ਲਈ ਇੱਥੇ ਇੰਤਜ਼ਾਰ ਕਰੇਗਾ। ਦੂਜੇ ਪਾਸੇ ਜਿਸ ਤਰ੍ਹਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਨਾਲ ਹੀ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਤਿਆਰੀ ਕੀਤੀ ਹੈ ਕਿ ਚੋਣ ਨੂੰ ਇੱਕ ਮਹਿਜ਼ ਫਾਰਮੈਲਿਟੀ ਨਹੀਂ ਬਲਕਿ ਇੱਕ ਮਹਾਂਪਰਵ ਬਣਾ ਦਿੱਤਾ ਜਾਏ, ਉਸ ਦੇ ਚੱਲਦੇ ਕਾਫੀ ਸਾਰੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਇੱਥੇ ਕੀਤੀਆਂ ਗਈਆਂ। ਜਿਵੇਂ ਸ਼ਿਫਾਲੀ ਮਹਿਤਾ ਜੀ ਨੇ ਦੱਸਿਆ ਸੀ ਕਿ ਇੱਥੇ ਮਹਿਲਾਵਾਂ ਦੇ ਲਈ ਜਿਹੜਾ ਹੈਗਾ ਖਾਸ ਤੌਰ 'ਤੇ ਵੀ ਇੰਤਜ਼ਾਮ ਕੀਤੇ ਗਏ ਨੇ, ਮਹਿੰਦੀ ਦਾ ਸਟਾਲ ਇੱਥੇ ਹੋਏਗਾ, ਟੈਟੂ ਆਰਟਿਸਟ ਇੱਥੇ ਹੋਣਗੇ ਤਾਂ ਜੋ ਮਹਿਲਾਵਾਂ ਜਿਹੜੀਆਂ ਵੀ ਵੋਟ ਪਾਉਣ ਆਈਆਂ ਨੇ ਉਹ ਕਿਸੇ ਤਰੀਕੇ ਨਾਲ ਬੋਰ ਨਾ ਹੋ ਸਕਣ, ਖਾਸ ਤੌਰ 'ਤੇ ਉਹ ਮਹਿਲਾਵਾਂ ਜਿਨ੍ਹਾਂ ਦੇ ਨਾਲ ਬੱਚੇ ਹੋਣਗੇ ਉਹਨਾਂ ਦੇ ਲਈ ਵੀ ਵਿਸ਼ੇਸ਼ ਤੌਰ 'ਤੇ ਇੰਤਜ਼ਾਮ ਕੀਤੇ ਗਏ ਨੇ। ਬੱਚਿਆਂ ਦੇ ਲਈ ਇੱਥੇ ਕ੍ਰੈਚ ਜਿਹੜਾ ਹੈਗਾ ਉਹ ਪਿਛਲੇ ਪਾਸੇ ਬਣਾਇਆ ਗਿਆ, ਜਿੱਥੇ ਝੂਲੇ ਇਤਿਆਦੀ ਸਾਰਾ ਕੁਝ ਲੱਗਿਆ ਹੋਇਆ ਤਾਂ ਕਿ ਬੱਚੇ ਜਿਹੜੇ ਨੇ ਆਪਣਾ ਉੱਧਰ ਰੁੱਝੇ ਰਹਿਣ ਅਤੇ ਮਾਵਾਂ ਜਿਹੜੀਆਂ ਨੂੰ ਜਿਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਦਾ, ਜੇ ਉਹ ਵੋਟ ਪਾਉਣ ਵੀ ਪੁੱਜੀਆਂ ਤਾਂ ਇਸ ਨੂੰ ਵੀ ਇੱਕ ਈਵੈਂਟ ਦੀ ਤਰ੍ਹਾਂ ਇੰਜੋਏ ਕਰ ਸਕਣ। ਇਹ ਤਮਾਮ ਉਪਰਾਲਾ ਜਿਹੜਾ ਹੈਗਾ ਉਹ ਇਸ ਬੂਥ ਦੇ ਰਾਹੀਂ ਕੀਤਾ ਗਿਆ, ਜਿਸ ਨੂੰ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਦੇ ਥੀਮ ਦੇ ਉੱਤੇ ਤਿਆਰ ਕੀਤਾ ਗਿਆ। ਸਾਡੇ ਕੈਮਰਾਮੈਨ ਜਸਵੰਤ ਦੇ ਰਾਹੀਂ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ, ਤਸਵੀਰਾਂ ਦੇ ਰਾਹੀਂ ਮੇਰੀ ਵੋਟ ਮੇਰੀ ਤਾਕਤ ਚੋਣਾਂ ਦਾ ਪਰਵ ਦੇਸ਼ ਦਾ ਗਰਵ, ਇਸ ਤਰ੍ਹਾਂ ਦੇ ਸਲੋਗਨ ਲਿਖ ਕੇ ਵੋਟ ਦੀ ਤਾਕਤ ਨੂੰ ਦਰਸਾਉਂਦੇ ਹੋਏ ਸੁਨੇਹਾ ਦਿੱਤਾ ਗਿਆ ਕਿ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਹਰ ਹਾਲ 'ਚ ਕਰਨਾ ਚਾਹੀਦਾ, ਸਾਡਾ ਵੋਟ ਜਿਹੜਾ ਉਹ ਬੇਹੱਦ ਕੀਮਤੀ ਅਧਿਕਾਰ ਹੈ ਜਿਸ ਦੇ ਰਾਹੀਂ ਅਸੀਂ ਆਪਣੀ ਮਨਪਸੰਦੀਦਾ ਸਰਕਾਰ ਚੁਣਦੇ ਹੋਏ ਆਪਣੀ ਕੰਮਾਂ ਵਾਲੀ ਸਰਕਾਰ ਨੂੰ ਚੁਣ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਕਿਹਾ ਕਿ ਲੋਕਤੰਤਰ ਯਾਨੀ ਲੋਕਾਂ ਦੇ ਲਈ ਉਹ ਤੰਤਰ ਜਿਹੜਾ ਲੋਕਾਂ ਦੇ ਰਾਹੀਂ ਚੁਣਿਆ ਜਾਂਦਾ ਅਤੇ ਉਹ ਤੰਤਰ ਜਿਹੜਾ ਲੋਕਾਂ ਲਈ ਕੰਮ ਕਰਦਾ ਉਸ ਨੂੰ ਕਿਹਾ ਜਾਂਦਾ ਲੋਕਤੰਤਰ, ਅਤੇ ਇਸ ਦੀ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਚੋਣ ਦੇ ਰਾਹੀਂ ਅੰਜਾਮ ਦਿੱਤੀ ਜਾਂਦੀ ਹੈ। ਬੋਰਡਿੰਗ ਪਾਸ ਹਾਸਲ ਕਰਨ ਤੋਂ ਬਾਅਦ ਇਹ ਕਮਰਾ ਹੋਏਗਾ ਜਿੱਥੇ ਅਫਸਰ ਬੈਠੇ ਹੋਏ ਹੋਣਗੇ, ਪ੍ਰਿਸਾਈਡਿੰਗ ਅਫਸਰ ਹੋਏਗਾ, ਅਤੇ ਉਹ ਤੁਹਾਡੇ ਵੋਟਰ ਕਾਰਡ, ਐਪਿਕ ਨੰਬਰ, ਤੁਹਾਡੇ ਬੋਰਡਿੰਗ ਪਾਸ ਯਾਨੀ ਵੋਟਰ ਲਿਸਟ 'ਚ ਹਰ ਚੀਜ਼ ਚੈੱਕ ਕਰਦਾ ਹੋਇਆ ਤੁਹਾਨੂੰ ਅੱਗੇ ਵਧਾ ਦੇਵੇਗਾ, ਤਾਂ ਫਿਰ ਤੁਸੀਂ ਉੱਥੇ ਆਪਣਾ ਵੋਟ ਕਾਸਟ ਕਰ ਲਵੋਗੇ। ਇਸ ਕਮਰੇ ਵਿੱਚ ਵੋਟ ਕਾਸਟਿੰਗ ਯਾਨੀ ਵੋਟ ਨੂੰ ਅੰਜਾਮ ਦਿੱਤਾ ਜਾਏਗਾ, ਤੁਹਾਡੀ ਵੋਟਿੰਗ ਜਿਹੜੀ ਹੈ ਉਹ ਇੱਥੇ ਹੋਏਗੀ, ਇੱਕ ਪਾਸੇ EVM ਦੀ ਮਸ਼ੀਨ ਪਈ ਹੋਏਗੀ, ਅਤੇ ਵੋਟ ਕਰਨ ਤੋਂ ਬਾਅਦ ਤੁਸੀਂ ਇਸ ਕਮਰੇ ਤੋਂ ਜਿਹੜਾ ਹੈਗਾ ਉਹ
ਬਾਹਰ ਨਿਕਲ ਜਾਵੋਗੇ, ਯਾਨੀ ਕਿ ਏਅਰਪੋਰਟ ਤੋਂ ਤੁਸੀਂ ਤੁਹਾਡੀ ਫਲਾਈਟ ਜਿਹੜੀ ਹੈ ਉਹ ਆਪਣੇ ਡੈਸਟੀਨੇਸ਼ਨ 'ਤੇ ਪਹੁੰਚਣ ਤੋਂ ਬਾਅਦ ਜਦੋਂ ਤੁਸੀਂ ਵੋਟ ਕਾਸਟ ਕਰ ਦੇਵੋਗੇ, ਯਾਨੀ ਤੁਸੀਂ ਲੈਂਡ ਹੋ ਜਾਵੋਗੇ ਜੀ। ਆਪਣਾ ਵੋਟ ਕਾਸਟ ਕਰਨ ਤੋਂ ਬਾਅਦ ਜਦੋਂ ਤੁਸੀਂ ਇਸ ਰਸਤੇ ਤੋਂ ਬਾਹਰ ਆਓਗੇ ਤਾਂ ਤੁਹਾਨੂੰ ਇਹਨਾਂ ਕਾਊਂਟਰਾਂ 'ਤੇ ਇੱਕ ਜਗ੍ਹਾ ਜਿਹੜਾ ਹੈਗਾ ਉਹ ਰਿਫਰੈਸ਼ਮੈਂਟ ਦੇਣ ਦਾ ਇੰਤਜ਼ਾਮ ਵੀ ਕੀਤਾ ਗਿਆ। ਇੱਥੇ ਤੁਹਾਨੂੰ ਆਈਸਕ੍ਰੀਮ ਦਾ ਇੱਕ ਕੱਪ ਜਾਂ ਫਿਰ ਲੱਸੀ ਦੀ ਆਪਸ਼ਨ ਨੂੰ ਵੀ ਤੁਸੀਂ ਚੁਣ ਸਕਦੇ ਹੋ। ਉਹ ਤੁਹਾਨੂੰ ਜਿਹੜੀ ਹੈ ਇੱਥੇ ਦਿੱਤੀ ਜਾਏਗੀ ਰਿਫਰੈਸ਼ਮੈਂਟ ਦੇ ਰੂਪ ਵਿੱਚ। ਅਤੇ ਤੁਸੀਂ ਆਪਣਾ ਵੋਟ ਕਾਸਟ ਕਰਨ ਤੋਂ ਬਾਅਦ ਇਸ ਰਸਤੇ ਤੋਂ ਹੁੰਦੇ ਹੋਏ ਬਾਹਰ ਨਿਕਲਣ ਦੀ ਤਿਆਰੀ ਕਰੋਗੇ, ਲੇਕਿਨ ਬਾਹਰ ਰਸਤੇ ਵਿੱਚ ਸ਼ੇਰਾ ਤੁਹਾਨੂੰ ਫਿਰ ਮਿਲੇਗਾ ਅਤੇ ਸ਼ੇਰਾ ਤੁਹਾਡੇ ਵੋਟ ਦੀ ਅਹਿਮੀਅਤ ਸਮਝਾਉਂਦਾ ਹੋਇਆ ਤੁਹਾਨੂੰ ਆਖੇਗਾ ਕਿ ਮੇਰੇ ਨਾਲ ਵੀ ਇੱਕ ਸੈਲਫੀ ਖਿੱਚ ਲਵੋ। ਕੁਛ ਇਸ ਤਰੀਕੇ ਨਾਲ ਤੁਸੀਂ ਇੱਥੇ ਖੜ੍ਹ ਕੇ ਸੈਲਫੀ ਖਿੱਚ ਸਕਦੇ ਹੋ, ਯਾਨੀ ਕਿ ਆਪਣੇ ਆਪ ਵਿੱਚ ਨਵੇਕਲਾ ਅਤੇ ਅਨੋਖਾ ਬੂਥ ਜਿਹੜਾ ਏਅਰਪੋਰਟ ਦੇ ਥੀਮ ਦੇ ਉੱਤੇ ਤਿਆਰ ਕੀਤਾ ਗਿਆ। ਇਹ ਵੋਟਰਾਂ ਨੂੰ ਕਿਤੇ ਨਾ ਕਿਤੇ ਆਕਰਸ਼ਿਤ ਕਰੇਗਾ ਅਤੇ ਵੋਟਰ ਜਿਹੜਾ ਹੈਗਾ ਉਹ ਸੈਕਟਰ 79 ਅਤੇ ਦੂਸਰੇ ਜਿਹੜੇ ਜਿਨ੍ਹਾਂ ਦੇ ਲਈ ਇਹ ਬੂਥ ਬਣਿਆ ਹੋਇਆ, ਜਿਨ੍ਹਾਂ ਦੇ ਵੋਟਿੰਗ ਸੈਂਟਰ ਦੇ ਰੂਪ ਵਿੱਚ ਇਹ ਬੂਥ ਆਉਂਦਾ, ਉਹ ਇੱਥੇ ਵੋਟ ਕਰਨ ਦੇ ਲਈ ਹਰ ਹਾਲ 'ਚ ਪੁੱਜ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਇਹ ਸ਼ੌਂਕ ਹੈ ਕਿ ਅਸੀਂ ਵੀ ਫੀਲ ਕਰ ਸਕੀਏ ਕਿ ਏਅਰਪੋਰਟ ਥੀਮ ਦੇ ਨਾਲ ਬਣਿਆ ਹੋਇਆ ਬੂਥ ਕਿਹੋ ਜਿਹਾ ਹੈ।